ਜੋਇਨ ਕਰਨ ਆਇਦਾ ਆਪਣਾ ਟੌਪਿਕ ਹੈ ਜੀ ਵਰਤਕ ਕਰਪਕਸ਼ ਤੇ ਪ੍ਰੀਤ ਲੜੀ ਜਲਦੀ ਤੋਂ ਜਲਦੀ ਸਾਰੇ ਪਹੁੰਚੋ ਜੀ ਆਪਣੀ ਵੈਬਸਾਈਟ ਅਜੀ ਵਿਜ਼ਿਟ ਕਰਦੇ ਰਹੋ ਇਸ ਨੂੰ www.studyonlinemastercardpunjabi.in ਥੈਂਕ ਯੂ ਜੀ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਇਸ ਵੈਬਸਾਈਟ ਨੂੰ ਵਿਜ਼ਿਟ ਕਰੋ ਇਹਦੇ ਤੇ ਤੁਹਾਨੂੰ ਹਜ਼ਾਰ ਸਾਰੇ ਸੈਂਕੜੇ ਟੈਸਟ ਮਿਲਣਗੇ ਠੀਕ ਹੈ ਜੀ ਹੈਲੋ ਜੀ ਗੁੱਡ ਈਵਨਿੰਗ ਜੀ ਗੁਰਵਿੰਦਰ ਜੀ ਨੀਹਾ ਜੀ ਸੰਦਰਾ ਜੀ ਮਨਪ੍ਰੀਤ ਜੀ ਪਛਵਾ ਜੀ ਸਭ ਦਾ ਬਹੁਤ ਬਹੁਤ ਸਵਾਗਤ ਹੈ ਇਸ ਵੈਬਸਾਈਟ ਤੇ ਤੁਹਾਨੂੰ ਬਹੁਤ ਸਾਰੇ ਟੈਸਟ ਮਿਲਣਗੇ ਜਿਨ੍ਹਾਂ ਨੂੰ ਤੁਸੀਂ ਅਟੈਂਪਟ ਕਰ ਸਕਦੇ ਹੋ ਵਕਫ ਰਾਈਟਰ ਦੇ ਨਾਲ ਰਿਲੇਟਡ ਠੀਕ ਹੈ ਜੀ ਵਿਆਕਰਨ ਦੇ ਨਾਲ ਰਿਲੇਟਡ ਹੋਰ ਵੀ ਬਹੁਤ ਸਾਰੇ ਟੈਸਟ ਵੈਬਸਾਈਟ ਇੱਕ ਵਾਰੀ ਵਿਜ਼ਿਟ ਕਰੂਗੇ ਦੇਖੋ ਬਹੁਤ ਕੁਝ ਹੈ ਤੁਹਾਡੇ ਕੰਮ ਦਾ ਚਲੋ ਜੀ ਅੱਜ ਦੀ ਕਲਾਸ ਸ਼ੁਰੂ ਕਰਦੇ ਹਾਂ ਟਾਈਮ ਵੇਸਟ ਨਾ ਕਰਦੇ ਹੋਏ ਵਦਿਆਂ ਜੀ ਪਹਿਲੇ ਕੁਐਸਚਨ ਦੇਵਲ ਪਹਿਲਾ ਕੁਐਸਚਨ ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਜਨਮ ਕਦੋਂ ਹੋਇਆ ਕਰੋ ਜੀ ਆਨਸਰ ਫਟਾਫਟ ਪ੍ਰੀਤਲੜੀ ਦਾ ਜਨਮ ਕਦੋਂ ਹੋਇਆ ਸਤਿ ਸ਼੍ਰੀ ਅਕਾਲ ਜੀ ਰਵੀਨਾ ਜੀ ਹੈਲੋ ਜੀ ਵੈਲਕਮ ਜੀ ਸੀ ਆਪਸ਼ਨ ਹਰਿੰਦਰ ਜੀ ਦਾ ਆ ਰਹੀ ਬਲਜੀਤ ਜੀ ਸਤਿ ਸ਼੍ਰੀ ਅਕਾਲ ਬਲਵਿੰਦਰ ਜੀ ਨੀਲੋ ਜੀ ਨੀਲਮ ਜੀ ਗੁੱਡ ਈਵਨਿੰਗ ਜੀ ਰਵੀਨਾ ਜੀ ਸੀ ਆਪਸ਼ਨ ਸੀ ਆਪਸ਼ਨ ਆ ਰਿਹਾ ਸਭ ਦਾ ਬਗੁੰਜੀ ਗੁਰਵਿੰਦਰ ਜੀ ਹੈਪੀ ਜੀ ਰਮਨ ਜੀ ਸੁਖਵੀਰ ਜੀ ਰਾਜ ਰਕੇਸ਼ ਜੀ ਪ੍ਰਭਜੋਤ ਜੀ ਸਬਦ ਸੀ ਆਪਸ਼ਨ ਵੈਰੀ ਗੁੱਡ ਜੀ கரੈਕਟ ਹੈ ਜੀ ਕੁਐਸਚਨ ਨੰਬਰ 2 ਦੇ ਵੱਲ ਵਧਦੇ ਹਾਂ 2 ਨੰਬਰ ਕੁਐਸਚਨ ਹੈ ਜੀ ਆਪਣੇ ਕੋਲ ਗਰਬਖਸ਼ ਸਿੰਘ ਦੇ ਮਾਤਾ ਪਿਤਾ ਦਾ ਕੀ ਨਾਮ ਸੀ A ਆਪਸ਼ਨ ਪਿਸ਼ੋਰਾ ਸਿੰਘ ਮਾਲਤੀ B ਆਪਸ਼ਨ ਪਿਸ਼ੋਰਾ ਸਿੰਘ ਤਨਕੌਰ C ਆਪਸ਼ਨ ਪਿਸ਼ੋਰਾ ਸਿੰਘ ਮਾਲਣੀ D ਆਪਸ਼ਨ ਪਿਸ਼ੋਰਾ ਸਿੰਘ ਗੁਰਨਾਮ ਸਿੰਘ ਆਹੰਦੋ ਆਨਸਰ ਕੁਐਸਚਨ ਨੰਬਰ 2 ਦੇ ਲਈ ਅਗੇਨ ਸੀ ਆਪਸ਼ਨ ਲਗਭਗ ਸਬਦਾ ਹੀ ਸਹੀ ਆ ਰਿਹਾ ਹੈ 2 ਨੰਬਰ ਦੇ ਲਈ ਵੀ ਪਿਸ਼ौरा ਸਿੰਘ ਮਾਲਣੀ ਬਲਵਿੰਦਰ ਜੀ ਦਾ ਏ ਆਪਸ਼ਨ ਨੀਲੂ ਜੀ ਦਾ ਏ ਆਪਸ਼ਨ ਬਾਕੀ ਸਬਦਾ ਲਗਭਗ ਸੀ ਆਪਸ਼ਨ ਆ ਰਿਹਾ ਜੀ ਜੀ ਮੋਸਟਲੀ ਆਨਸਰ ਸੀ ਬਿਲਕੁਲ ਕਰੈਕਟ ਹੈ ਜੀ ਸੀ ਆਪਸ਼ਨ ਹੀ ਆਵੇਗਾ ਪਿਸ਼ौरा ਸਿੰਘ ਮਾਲਣੀ ਕੁਐਸਚਨ ਨੰਬਰ 3 ਦੇ ਵੱਲ ਵੱਧਦੇ ਹਾਂ ਜੀ 3 ਨੰਬਰ ਆਪਣੇ ਕੋਲ ਹੈ ਗੁਰਬਖਸ਼ ਸਿੰਘ ਦੀ ਮੌਤ ਕਦੋਂ ਹੋਈ 1971 1975 1977 1979 ਜਣੋ ਜੀ ਸਹੀ ਅਨਸਰ ਕੁਐਸਚਨ ਨੰਬਰ 10 ਦੇ ਲਈ 10 ਅਨਸਰ ਸੀ ਆਪਸ਼ਨ ਹਰਿੰਦਰ ਜੀ ਰਮਣ ਜੀ ਸ੍ਰਿੰਦਰ ਜੀ ਸਿਮਰਨ ਜੀ ਰਮਨ ਜੀ ਸੰਤਰਾ ਜੀ ਤੇ ਰਾਜ ਜੀ ਗੁਰਵਿੰਦਰ ਜੀ ਜਗਜੀਤ ਜੀ ਅਗੇਨ ਸੀ ਆਪਸ਼ਨ ਚੰਡੀਗੜ੍ਹ ਪੀਜੀਆ ਠੀਕ ਹੈ ਜੀ ਵੈਰੀ ਗੁੱਡ ਬਿਲਕੁਲ ਕਰੈਕਟ ਹੈ ਜੀ उन्नीस सौ सतर क्शन नंबर चार के वाल जी चार नंबर क्वेश्चन है जी अपने को झज्जा पै गया नूह पाँना से नूह जिल हो गया वो ठीक है जी कोपरेट करो थोड़ा समय लेना उस गल क्वेश्चन नंबर चार है जी गुरबख्श सिंह की पहली वार्तक पुस्तक केड़ी सी ए ऑप्शन प्रीतमार्ग बी ऑप्शन सावी पदरी धरती सी ऑप्शन प्रसन्न लम्मी उमर ਤੇ ਡੀ অপਸ਼ਨ ਜ਼ਿੰਦਗੀ ਦੀ ਰਸ ਸਹੀ ਆਪਸ਼ਨ ਮੰਨ ਲਈ ਕਵਸਚਨ ਨੰਬਰ 4 ਦੇ ਬੀ ਆਪਸ਼ਨ ਆਰਪ੍ਰੀ ਜਹਿੰਦਰ ਜੀ ਰਮਨ ਜੀ ਦਾ ਏ ਆਰ ਐਸ ਸੁਖਬੀਰ ਜੀ ਜਗਮੀਤ ਜੀ ਏ ਆਪਸ਼ਨ ਦੀਪ ਜੀ ਰਵੀਨਾ ਜੀ ਕੰਪੋਜ ਜੀ ਰਾਜੀਸ਼ ਸਤਿੰਦਰ ਜੀ ਸਭ ਦਾ ਬੀ ਆਪਸ਼ਨ ਗੁਰਵਿੰਦਰ ਜੀ ਸੰਤਨ ਜੀ ਏ ਆਪਸ਼ਨ ਕਿਰਨ ਜੀ ਬੀ ਸਤਵੀਰ ਜੀ ਕਿਰਪਾਲ ਜੀ ਸਤਵੀਰ ਜੀ ਬੀ ਕਿਰਪਾਲ ਜੀ ਮਨਦੀਪ ਜੀ ਏ ਸਿਮਰਨ ਜੀ ਦੇਖੋ A ਆਪਸ਼ਨ ਹੀ கரெક્ટ ਹੈ ਜੀ ਪ੍ਰੀਤ ਮਾਰਗ ਹਾਂਜੀ 4 ਨੰਬਰ ਦੇ ਲਈ ਜਿਨ੍ਹਾਂ ਨੇ A ਆਪਸ਼ਨ ਚੁਜ਼ ਕੀਤਾ ਪ੍ਰੀਤ ਮਾਰਗ ਬਿਲਕੁਲ கரெક્ટ ਹੈ ਜੀ ਕੁਝ ਜਨੇ A ਕਰਕੇ ਵਾਪਸ B ਤੇ ਆ ਗਏ ਜੋ ਕਿ ਗਲਤ ਕਰ ਲਿਆ ਪਹਿਲਾਂ A ਸਹੀ ਸੀ ਠੀਕ ਹੈ ਜੀ A ਆਪਸ਼ਨ ਪ੍ਰੀਤ ਮਾਰਗ ਕੁਐਸਚਨ ਨੰਬਰ 5 ਦੇ ਵੱਲ ਵੱਧਦੇ ਹਾਂ ਜੀ ਕੁਐਸਚਨ ਨੰਬਰ 5 ਹੈ ਜੀ ਹਾਂਜੀ 1936 ਨੋਟ ਕਰ ਲੈਣਾ ਈਅਰ ਵੀ ਕੁਐਸਚਨ ਨੰਬਰ 5 ਗੁਰਬਖਸ਼ ਸਿੰਘ ਦੀ ਪਹਿਲੀ ਕਹਾਣੀ ਕਿਹੜੀ ਸੀ ਏ ਆਪਸ਼ਨ ਅਨੋਖੇ ਤੇ ਇਕੱਲੇ ਬੀ ਆਪਸ਼ਨ ਵੀਣਾ ਵਿਨੋਦ ਸੀ ਆਪਸ਼ਨ ਪ੍ਰਤਿਮਾ ਤੇ ਡੀ ਆਪਸ਼ਨ ਇਹਨਾਂ ਵਿੱਚੋਂ ਕੋਈ ਵੀ ਨਹੀਂ ਕਰੋ ਜੀ ਸਹੀ ਉੱਤਰ ਸੁਖਵੀਰ ਜੀ ਦੀਪ ਜੀ ਸ੍ਰਿੰਦਰ ਜੀ ਗੁਰਵਿੰਦਰ ਜੀ ਬਲਵਿੰਦਰ ਜੀ ਹੈਰੀ ਜੀ ਹਰਵਿੰਦਰ ਜੀ ਨੀਲੂ ਜੀ ਨੇਹਾ ਜੀ ਸ਼ਬਦ ਆ ਰਿਹਾ ਜੀ ਸੀ ਆਪਸ਼ਨ ਏ অপশন ਐਂਡ জি বাকি শব্দ ਹੁਣ ਤੱਕ ਸੀ অপਸ਼ਨ ਹੀ ਆਇਆ ਜੀ ਪ੍ਰਤਿਮਾ ਬਿਲਕੁਲ கரੈਕਟ ਆਨਸਰ ਜੀ শব্দ ਸੁਤਵਿੰਦਰ ਜੀ ਪਾਈ ਦੇ ਲਈ अगेन ਤੁਸੀਂ ਇਹ ਕਰ ਰਹੇ ਹੋ ਸੀ অপਸ਼ਨ கரੈਕਟ ਹੈ ਜੀ ਕੁਐਸਚਨ ਨੰਬਰ 6 ਦੇ ਵੱਲ ਵੱਧਦੇ ਹੋ ਜੀ ਕੁਐਸਚਨ ਨੰਬਰ 6 ਆਪਣੇ ਕੋਲ মাসিক ਪੱਤਰ ਬਾਲ ਸੰਦੇਸ਼ ਕਦੋਂ ਸ਼ੁਰੂ ਕੀਤਾ ਗਰਬਖ ਸਿੰਘ ਪ੍ਰੀਤਲੜੀ ਨੇ মাসিক ਪੱਤਰ ਬਾਲ ਸੰਦੇਸ਼ ਸੰਦੇਸ਼ ਕਦੋਂ ਸ਼ੁਰੂ ਕੀਤਾ ਕਰੋ ਜੀ ਸਹੀ ਆਨਸਰ ਤਕबीर ਜੀ ਤਕਵੀਰ ਜੀ ਬੀ ਡੀ ਆਪਸ਼ਨ ਬਾਜ ਜੀ ਸੰਤਰਾ ਜੀ ਰਮਨ ਜੀ ਦੀਪ ਜੀ ਸਬਦਾ ਡੀ ਅਨਸਰ ਆ ਰਿਹਾ ਜੀ ਹੈਪੀ ਜੀ ਡੀ ਅਨਸਰ ਮੈਂਡੀ ਜੀ ਕਿਰਪਾਲ ਜੀ ਅਰਵਿੰਦਰ ਜੀ ਸੰਤਰਾ ਜੀ ਅਮਜੀਤ ਜੀ ਠੀਕ ਹੈ ਜੀ ਸਬਦਾ ਵੈਰੀ ਗੁੱਡ ਜੀ 1940 ਦੇ ਵਿੱਚ ਕੁਐਸਚਨ ਨੰਬਰ 7 ਦੇ ਵੱਲ ਵੱਧਦੇ ਹਾਂ ਕੁਐਸਚਨ ਨੰਬਰ 7 ਹੈ ਜੀ ਆਪਣੇ ਕੋਲ ਪ੍ਰੀਤ ਲੜੀ ਮਾਸਿਕ ਪత్రిక ਰਸਾਲਾ ਦੋਵੇਂ ਮਿਲਦੇ ਆ ਕਦੋਂ ਸ਼ੁਰੂ ਕੀਤਾ 1931 1933 1923 1933 ਸੱਤ ਦਾ ਬੀ ਅੰਸਰ ਸ੍ਰਿੰਦਰਜੀ ਬਹੁਤ ਸਪੀਡ ਦੇ ਨਾਲ ਅੰਸਰ ਆ ਰਹੇ ਸਭ ਦੇ ਮਨਪ੍ਰੀਤ ਜੀ ਅਰਵਿੰਦਰ ਜੀ ਸੁਖਵੀਰ ਜੀ ਨੀਹਾ ਜੀ ਹਰਿੰਦਰ ਜੀ ਕਰਵਿੰਦਰ ਜੀ ਸਭ ਦਾ ਹੀ 1933 ਅੰਸਰ ਗੁਰਪਾਲ ਜੀ ਹਰਵਿੰਦਰ ਜੀ ਚਰਨਜੀਤ ਜੀ ਜਗਮੀਤ ਜੀ ਸਤਿੰਦਰ ਜੀ ਸਭ ਦਾ ਠੀਕ ਹੈ ਜੀ ਵੈਰੀ ਗੁੱਡ ਜੀ ਬੀ ਆਪਸ਼ਨ ਬਿਲਕੁਲ ਕਰੈਕਟ ਹੈ ਜੀ 1933 ਸੰਦੀਪ ਜੀ ਕੰਬੋਜ ਜੀ ਸੰਧਰਾ ਜੀ ਗੁਰਪ੍ਰੀਤ ਜੀ ਕੁਐਸਚਨ ਨੰਬਰ 8 ਦੇ ਵੱਲ ਵਧੀਏ ਜੀ ਕੁਐਸਚਨ ਨੰਬਰ 8 ਹੈ ਜੀ ਗੁਰਬਖਸ਼ ਸਿੰਘ ਨੂੰ ਅਭਿਨੰਦਨ ਗ੍ਰੰਥ ਕਦੋਂ ਪੇਟ ਕੀਤਾ ਗਿਆ 1968 1968 1970 1972 ਚੁਣੋ ਕਰੋ ਜੀ ਸਹੀ ਆਪਸ਼ਨ ਕਦੋਂ ਅਭਿਨੰਦਨ ਗ੍ਰੰਥ ਪੇਟ ਕੀਤਾ ਗਿਆ 8 ਨੰਬਰ ਲਈ 7 ਨੰਬਰ ਲਈ ਬੀ ਆਪਸ਼ਨ ਠੀਕ ਹੈ ਸਭ ਦਾ 8 ਦਾ ਸੀ ਆਪਸ਼ਨ ਗੁਰਵਿੰਦਰ ਜੀ ਹਰਪ੍ਰੀਤ ਜੀ ਦਾ ਡੀ ਟੀਚਰ ਜੀ ਸਤਿ ਸ਼੍ਰੀ ਅਕਾਲ ਜੀ ਬਾਜ ਜੀ ਸੀ ਆਪਸ਼ਨ ਕਰ ਰਹੇ ਨੇ ਏ ਆਪਸ਼ਨ ਵੀ ਆਇਆ ਸੀ ਕਿਸੇ ਦਾ ਮੋਸਟਲੀ ਅਨਸਰ ਸੀ ਬਿਲਕੁਲ கரੈਕਟ ਹੈ ਜੀ ਸੀ ਆਪਸ਼ਨ 1970 ਦੇ ਵਿੱਚ ਪੁਸ਼ਪਾ ਜੀ ਸੰਧਰਾ ਜੀ ਨੀਲੋ ਜੀ ਦਲੀਪ ਜੀ ਸੰਪਨ ਜੀ ਮਨਜੀਤ ਜੀ ਸੁਰਿੰਦਰ ਜੀ ਸਤਵਿੰਦਰ ਜੀ ਠੀਕ ਹੈ ਜੀ ਸਭ ਦਾ ਚਰਨਜੀਤ ਜੀ ਕਵੈਸਚਨ ਨੰਬਰ 9 ਜੀ ਅਭਿਨੰਦਨ ਗ੍ਰੰਥ ਕਿੰਵੀਂ ਵਰੇਗੰਡ ਤੇ ਪੇਟ ਕੀਤਾ ਗਿਆ ਜੀ 69ਵੀਂ 71ਵੀਂ 73ਵੀਂ 65ਵੀਂ ਹਾਂਜੀ ਕਬੂਲ ਕਰੋ ਜੀ ਸਾਰੇ ਸਤਿ ਸ਼੍ਰੀ ਅਕਾਲ ਟੀਚਰ ਚੈਨਲ ਜੀ ਦੇ 8 ਦਾ ਸੀ ਆਪਸ਼ਨ 70ਵੀਂ ਵਰੇਗੰਡ ਅਸ 73ਵੀਂ ਡੀ ਆਪਸ਼ਨ ਪੇ 73ਵੀਂ ਮੇਕਸ ਆਨਸਰ ਆ ਰਹੀ ਨੇ 75 ਪੰਜਤਰੀ ਅਨਸਰ ਆ ਰਿਹਾ ਮੋਸਟਲੀ ਸੋ ਜਿਨ੍ਹਾਂ ਨੇ ਵੀ 75ਵੀਂ ਚੂਜ਼ ਕੀਤਾ ਹੈ ਕੁਐਸਚਨ ਨੰਬਰ 9 ਦੇ ਲਈ ਬਿਲਕੁਲ ਕਰੈਕਟ ਹੈ ਜੀ ਬਿਲਕੁਲ ਜੀ ਮੈਰਿਟ ਬਹੁਤ ਹੈ ਜਣੀ ਮੈਂ ਕਹਿੰਦਾ ਜੀ 148 49 ਤੇ ਡਿਗਣੀ ਜਾ ਕੇ ਕੁਐਸਚਨ ਨੰਬਰ 10 ਜੀ ਗੁਰਬਖਸ਼ ਸਿੰਘ ਪ੍ਰੀਤਲੜੀ ਨੂੰ ਸੋਵੀਅਤ ਮਹਿਰੂ ਪੁਰਸਕਾਰ ਕਦੋਂ ਮਿਲਿਆ 1967 1969 1971 1973 ਸਹੀ ਆਪਸ਼ਨ ਕੁਐਸਚਨ ਨੰਬਰ 10 ਦੇ ਲਈ ਚੂਸ ਕਰੋ ਜੀ 10 ਦੇ ਲਈ ਸੀ ਆਨਸਰ ਆ ਗਿਆ ਜੀ ਸੁਖਵੀਰ ਜੀ ਦਾ ਰਾਜ ਜੀ ਦਾ ਬਾਜ ਜੀ ਦਾ ਤੇ ਰਮਨ ਜੀ ਦਾ ਨੀਲੂ ਜੀ ਕੰਬੋਜ ਜੀ ਨੇਹਾ ਜੀ ਸਭ ਦਾ ਸੀ ਆਪਸ਼ਨ ਗੁਰਵਿੰਦਰ ਜੀ ਦਾ ਏ ਆ ਰਿਹਾ ਮੰਡੀ ਜੀ ਦਾ ਡੀ ਆ ਰਿਹਾ ਬਾਕੀ ਲਗਭਗ 1971 ਸਾਸ਼ਰੀ ਗਾਲ ਜੀ ਅਮਨ ਜੀ ਠੀਕ ਹੈ ਜੀ 1971 ਵਾਲੇ ਸਾਰੇ ਜਿਹੜੇ ਵੀ 1971 ਸੀ ਆਪਸ਼ਨ ਚੂਸ ਕਰ ਰਹੇ ਨੇ ਕੁਐਸਚਨ ਨੰਬਰ 11 ਦੇ ਵੱਲ ਵੱਧਦੇ ਜੀ ਕੁਐਸਚਨ ਨੰਬਰ 11 ਜੀ ਆਪਣੇ ਕੋਲ ਗੁਰਬਖਸ਼ ਸਿੰਘ ਪ੍ਰੀਤ ਪ੍ਰੀਤ ਲੜੀ ਨੇ ਪ੍ਰੀਤਨਗਰ ਕਦੋਂ ਵਸਿਆ 1933 1935 1937 1938 ਆ ਬੀਜੇ ਅਜੇ ਥੋੜੀ ਜਿਹੀ ਪ੍ਰੋਬਲਮ ਆਇਆ ਇਹਨੂੰ ਪਤਾ ਨਹੀਂ ਕੀ ਗੱਲ ਜੀ ਇਹਦਾ ਟੈਕਸਟ ਨਾਲ ਲੱਗਾ ਹੋਇਆ ਬਿਲਕੁਲ ਬਾਕੀ ਸਭ ਤਾਂ ਠੀਕ ਹੈ ਮੈਂ ਵੀ ਗੌਰ ਨਹੀਂ ਕਰਿਆ ਉਹਨਾਂ ਚਲੋ ਕੋਈ ਗੱਲ ਨਹੀਂ ਹੋ ਕੋਈ ਡੀਪ ਪ੍ਰੋਬਲਮ ਵਾਲੀ ਗੱਲ ਨਹੀਂ ਹੈ 11 ਦੇ ਲਈ ਡੀ ਆਨਸਰ ਮਨਪ੍ਰੀਤ ਜੀ ਅਮਨਜੀਤ ਦਾ ਡੀ ਮਨਪ੍ਰੀਤ ਜੀ ਨੇਹਾ ਜੀ ਦਾ ਸਤਵੀਰ ਜੀ ਦਾ ਡੀ ਆਪਸ਼ਨ ਦੀਪ ਜੀ ਦਾ ਡੀ ਆਨਸਰ ਡੀ ਹੀ ਆ ਰਿਹਾ ਹੈ ਲਗਭਗ ਸਭ ਦਾ ਹੀ ਸ੍ਰੀਨਦਰ ਜੀ ਬਲਵਿੰਦਰ ਜੀ ਸਭ ਦਾ ਡੀ ਆਪਸ਼ਨ ਬਿਲਕੁਲ கரெਕਟ ਹੈ ਜੀ 1938 ਦੇ ਵਿੱਚ ਕੁਐਸਚਨ ਨੰਬਰ 11 ਤੋਂ ਬਾਅਦ 12 ਵਦੇ ਵੱਲ ਵੱਧਦੇ ਆ ਜੀ ਹਾਂਜੀ ਲਾਹੌਰ ਤੇ ਅੰਬਸਤਰ ਦੇ ਵਿੱਚ ਘਰ ਲੋਪੋ ਕੇ ਪਿੰਡ ਦੇ ਵਿੱਚ ਨੋਟ ਕਰਨਾ ਕਵੈਸਚਨ ਨੰਬਰ ਨਰਿੰਦਰ ਜੀ ਗੁੱਡ ਇਵਨਿੰਗ ਜੀ ਕਵੈਸਚਨ ਨੰਬਰ 12 ਜੀ ਆਪਣੇ ਕੋਲ ਹਾਂ ਜੀ ਦੂਜੀ ਵਾਰ 1950 ਵੈਰੀ ਗੁੱਡ ਜੀ ਪ੍ਰੀਤਨਗਰ ਕਿੰਨੇ ਏਕੜ ਜ਼ਮੀਨ ਦੇ ਵਿੱਚੋਂ ਬਣਿਆ ਹੋਇਆ ਬੀ ਆਪਸ਼ਨ ਆ ਰਿਹਾ ਜੀ ਹਰਪ੍ਰੀਤ ਜੀ ਦਾ ਅਨਦੀਪ ਜੀ ਦਾ ਸੀ ਆਪਸ਼ਨ ਸੀ ਆਪਸ਼ਨ ਕਾਫੀ ਆ ਗਿਆ ਹੈ ਲਗਭਗ ਸਭ ਦਾ ਹੀ ਸੀ ਆਪਸ਼ਨ ਬਟ ਹਰਵਿੰਦਰ ਜੀ 11 ਏਕੜ ਕਹਿ ਰਹੇ ਨੇ 15 ਏਕੜ ਵਾਲੇ ਸਾਰੇ ਸਹੀ ਹੈ ਜੀ ਸੀ ਆਪਸ਼ਨ ਹੀ ਕਰੈਪਟ ਹੋਵੇਗਾ 15 ਏਕੜ ਦੇ ਵਿੱਚ ਬਣਿਆ ਹੋਇਆ ਕੁਐਸਚਨ ਨੰਬਰ 13 ਦੇ ਬਲਵੱਦਿਆਂ ਜੀ 13 ਨੰਬਰ ਕੁਐਸਚਨ ਹੈ ਆਪਣੇ ਕੋਲ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਸਵੈ ਜੀਵਨੀ ਦੇ ਕਿੰਨੇ ਭਾਗ ਹਨ 1 2 3 4 ਸਹੀ ਆਪਸ਼ਨ ਚੂਜ਼ ਕੀਤਾ ਜਾਵੇ ਜੀ ਕੁਐਸਚਨ ਨੰਬਰ 13 ਦੇ ਲਈ ਸਵੈ ਜੀਵਨੀ ਦੇ ਕਿੰਨੇ ਭਾਗ ਹਨ ਤਿੰਨ ਅਮਰਿਤਪ੍ਰਤਾਲ ਜੀ ਸੀ ਆਪਸ਼ਨ ਸੁਖਵੀਰ ਜੀ ਨੀਲੋ ਜੀ ਬਲਵਿੰਦਰ ਜੀ ਪ੍ਰਭ ਜੀ ਰਵਿੰਦਰ ਜੀ ਹਰਿੰਦਰ ਜੀ ਸੁਖੀਰ ਸੁਖਵੀਰ ਜੀ ਗੁਰਵਿੰਦਰ ਜੀ ਏ ਟੂ ਜ਼ेड ਲਗਭਗ ਤਿੰਨ ਬਟਮਨ ਜੀ ਦਾ ਚਾਰ ਆਨਸਰ ਆ ਰਿਹਾ ਹੈ ਬਿਲਕੁਲ ਜੀ ਤਿੰਨ ਭਾਗ ਸੀ ਆਪਸ਼ਨ ਹੀ ਕਰੈਕਟ ਹੋਵੇਗਾ ਮੇਰੀ ਜੀਵਨ ਕਹਾਣੀ ਇੱਕ ਠੀਕ ਹੈ ਜੀ ਮੰਜ਼ਿਲ ਦਿਸਪਈ ਤੇ ਮੇਰੀ ਜੀਵਨ ਕਹਾਣੀ ਦੋ ਕੁਐਸਚਨ ਨੰਬਰ 14 ਜੀ ਪ੍ਰੀਤ ਮਾਰਗ ਪੁਸਤਕ ਦੇ ਕਿੰਨੇ ਭਾਗ ਹਨ 1234 ਪ੍ਰੀਤ ਮਾਰਗ ਪੁਸਤਕ ਦੇ ਕਿੰਨੇ ਭਾਗ ਹਨ 9 4 78 ਸਰਿੰਦਰ ਜੀ ਆਨਸਰ ਕਰ ਰਹੇ ਨੇ ਸਹਿ ਜੀਵਨੀਆਂ ਦੀ ਪ੍ਰਕਾਸ਼ਨ ਦੇ ਡੀ ਆਪਸ਼ਨ ਰਮਨ ਜੀ ਦਾ ਸੀ ਆ ਰਿਹਾ ਨੀਲੂ ਜੀ ਦਾ ਡੀ ਆਪਸ਼ਨ ਰਪਿੰਦਰ ਜੀ ਬੀ ਆਪਸ਼ਨ ਵੱਲ ਜਾ ਰਹੇ ਨੇ ਮੈਕਸ ਆਨਸਰ ਲੱਭ ਗਿਆ ਬਟ ਡੀ ਆਪਸ਼ਨ ਮੋਸਟਲੀ ਆਨਸਰ ਆ ਰਿਹਾ ਜੀ ਹਾਂਜੀ ਸੰਦਰਾ ਜੀ ડી ਆਪਸ਼ਨ ਹਰ ਹਰਵਿੰਦਰ ਜੀ ਮੰਡੀ ਜੀ ਹੈਪੀ ਸਬਦਾਰ ਹੈ ਜੀ ਸੀ ਆਪਸ਼ਨ ਸੌਰੀ ડી ਸੀ ਆ ਗਿਆ ਵਿੱਚ ਬਲਵਿੰਦਰ ਜੀ ਦਾ ਸੀ ਤੇ ડી ਵੱਲ ਜ਼ਿਆਦਾ ਜਾ ਰਹੇ ਨੇ ਪਰ ਜ਼ਿਆਦਾਤਰ ડી ਆਪਸ਼ਨ ਬਿਲਕੁਲ கரੈਕਟ ਹੈ ਜੀ ડી ਆਵੇਗਾ ਕੁਐਸਚਨ ਨੰਬਰ 14 ਦੇ ਲਈ ਜਿਹੜੇ ਵੀ ਚੂਜ਼ ਕਰ ਰਹੇ ਨੇ ਚਾਰ ਪਾਗ ਦਾ ਨੰਬਰ ਇਫ ਇਆ ਚਾਰ ਭਾਗ ਜੀਵਨ ਸੰਸਾਰ ਜੀਵਨ ਦੇ ਸਾਧਨ ਜੀਵਨ ਦੇ ਸੰਬੰਧ ਤੇ ਜੀਵਨ ਦੀ ਪੂਰਨਤਾ ਇਹ ਚਾਰ ਭਾਗ ਨੇ ਠੀਕ ਹੈ ਜੀ ਕੁਐਸਚਨ ਨੰਬਰ 15 ਦੇ ਵੱਲ ਵੱਧਦੇ ਜੇ ਅੱਗੇ ਥੋੜਾ ਜਿਹਾ ਲੰਮਾ ਚੌੜਾ ਕੁਐਸਚਨ ਹੈ ਗਰਬਖਸ਼ ਸਿੰਘ ਨੋ ਆਧੁਨਿਕ ਪੰਜਾਬੀ ਗੱਦ ਦਾ ਉਹ ਲੇਖਕ ਹੋਣ ਦਾ ਮਾਣ ਪ੍ਰਾਪਤ ਹੈ ਜਿਸ ਨੇ ਆਪਣੀ ਜਾਦੂਪਰੀ ਕਲਮ ਨਾਲ ਭਾਈ ਵੀਰ ਸਿੰਘ ਦੇ 30 ਸਾਲਾਂ ਦੇ ਪ੍ਰਭਾਵ ਨੂੰ ਖਤਮ ਕਰ ਦਿੱਤਾ ਹੈ ਇਹ ਸ਼ਬਦ ਨੇ ਜਿਹੜੇ ਇਹ ਕਿਸ ਨੇ ਕਹੇ ਨੇ surjit patar pritam singh ਤੇ pyara singh padam d ਆਪਸ਼ਨ ਹੈ ਜੀ sant singh sekhon ਸੋ ਇਹ ਸ਼ਬਦ ਕਿਸ ਦੇ ਨੇ ਕਿ ਭਾਈ ਵੀਰ ਸਿੰਘ ਦੇ 30 ਸਾਲਾਂ ਦੇ ਪ੍ਰਭਾਵ ਨੂੰ ਖਤਮ ਕਰ ਦਿੱਤਾ ਪ੍ਰੀਤ ਲੜੀ ਨੇ ਕਰੋ ਜੀ ਆਨਸਰ सी डी सी डी काफ़ी सी आंसर आ रहा है, प्यारा सिंह पदम गुरविंदर जी डी सीखों डी शायद सी एगी बुक कोई स्पैशल बुक नहीं सुजैसट करा जी देखो जी मेन यही है जी जितों जो भी क्वेश्चन मिल रहे हैं जो इनफोरमेशन मिल रही है ਆਪਣੇ ਖੁਦ ਦੇ ਨੋਟਸ ਬਣਾ ਲਓ ਤਾਂ ਬੈਟਰ ਹੈ ਜੀ ਕਿਉਂਕਿ ਇੱਕ ਕੋਈ ਪ੍ਰੋਪਰ ਬੁੱਕ ਨਹੀਂ ਹੈ ਜੀ ਆਨਸਰ B ਆਵੇਗਾ ਜੀ ਹਾਂਜੀ ਕੁਐਸਚਨ ਨੰਬਰ 15 ਦੇ ਲਈ ਪ੍ਰੀਤਮ ਸਿੰਘ கரੈਕਟ ਆਪਸ਼ਨ ਹੈ ਜੀ ਸਚਾਰੀ ਗਾਲ ਜੀ ਜਸਪ੍ਰੀਤ ਜੀ ਕੁਐਸਚਨ ਨੰਬਰ 16 ਦੇ ਬਲ ਵਦਿਆ B ਆਪਸ਼ਨ ਮੈਨੂੰ ਲੱਗਦਾ ਕਿਸੇ ਦਾ ਵੀ ਨਹੀਂ ਆਇਆ ਕੁਐਸਚਨ ਨੰਬਰ 16 ਕੈਸ ਰਚਨਾ ਕਰਕੇ ਗੁਰਬਖਸ਼ ਸਿੰਘ ਪ੍ਰੀਤਲੜੀ ਨੂੰ ਪੰਥ ਤੋਂ ਛੇਕਿਆ ਗਿਆ ਸੀ ਪ੍ਰੀਤ ਮੁਕਟ ਮਾ ਪੂਰਵ ਪਿਛਮ ਪਰਮ ਮਨੁੱਖ ਪੰਥ ਤੋਂ ਛੇਕਿਆ ਗਿਆ ਕਿਹੜੀ ਰਚਨਾ ਦੇ ਕਰਕੇ ਰੁਪਿੰਦਰ ਸਿੰਘ ਸੌਰੀ ਰੁਪਿੰਦਰ ਕੌਰ ਜੀ ਡੀ ਆਪਸ਼ਨ ਸੁਖਵੀਰ ਜੀ ਡੀ ਆਪਸ਼ਨ ਅਨਕੁਸ਼ ਜੀ ਡੀ ਗੁਰਵਿੰਦਰ ਜੀ ਸੁਖਵੀਰ ਜੀ ਸਿਮਰਨ ਜੀ ਸਭ ਦਾ ਡੀ ਆਨਸਰ ਬਾਜ ਜੀ ਦਾ ਡੀ ਆਨਸਰ ਏ ਆਪਸ਼ਨ ਕਰ ਰਹੇ ਨੇ ਅਮਰਜੀਤ परम मनोक ਦੇ ਲਈ ਬਿਲਕੁਲ கரੈਕਟ ਆਪਸ਼ਨ ਹੈ ਜੀ ਪਰਮ मनोक ਗੁਰੂਆਂ ਦੇ ਨਾਲ ਸੰਬੰਧਿਤ ਵੈਸੇ ਪੁਸਤਕ ਹੈ ਜੀ ਵੈਲਕਮ ਜੀ ਸਾਰੇ ਨਿਊ ਸਟੂਡੈਂਟਸ ਤੇ ਪੁਰਾਣੇ ਸਟੂਡੈਂਟਸ ਸਬਦਾ ਹੀ 1943 ਦੇ ਵਿੱਚ ਪ੍ਰਕਾਸ਼ਨ ਕੁਐਸਚਨ ਨੰਬਰ 17 ਗੁਰਬਖਸ਼ ਸਿੰਘ ਨੂੰ ਸ਼ੁਰੂ ਦੇ ਵਿੱਚ ਹਾਂਜੀ ਗੁਰਬਖਸ਼ ਸਿੰਘ ਸ਼ੁਰੂ ਦੇ ਵਿੱਚ ਕਿਹੜੇ ਦੇਸ਼ ਤੋਂ ਪ੍ਰਭਾਵਿਤ ਸੀ ਕੈਨੇਡਾ ਤੋਂ ਜਾਪਾਨ ਤੋਂ ਇੰਗਲੈਂਡ ਤੋਂ ਅਮਰੀਕਾ ਤੋਂ ਡੀ ਆਨਸਰ ਆ ਰਿਹਾ ਜੀ ਹਾਂਜੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਆਈ ਥਿੰਕ ਗੁਰੂ ਨਾਨਕ ਦੇਵ ਜੀ ਬਾਰੇ ਵੀ ਆ ਉਹਦੇ ਚ ਗੁਰੂ ਅਰਜਨ ਦੇਵ ਜੀ ਬਾਰੇ ਵੀ ਆ ਹਾਂਜੀ ਕੈਨੇਡਾ ਜਾਪਾਨ ਇੰਗਲੈਂਡ ਅਮਰੀਕਾ ਅਮਰੀਕਾ ਆਨਸਰ ਆ ਰਿਹਾ ਸਭ ਦਾ ਬਿਲਕੁਲ ਸਹੀ ਆਨਸਰ ਹੈ ਜੀ ਡੀ ਆਪਸ਼ਨ ਕੁਐਸਚਨ ਨੰਬਰ 18 ਦੇ ਵੱਲ ਵਧਦੇ ਹੋ ਜੀ ਦਾਦੀ ਜੀ ਨੂੰ ਸਮਰਪਿਤ ਪੁਸਤਕ ਕਿਹੜੀ ਹੈ ਜੀ ਪ੍ਰੇਤ ਲੜੀ ਦੀ ਸਾਵੀ ਪਦਰੀ ਜ਼ਿੰਦਗੀ ਪਰਸਾਨ ਲੰਮੀ ਉਮਰ ਇੱਕ ਦੁਨੀਆ ਦੇ 13 ਸੁਪਨੇ ਜ਼ਿੰਦਗੀ ਦੀ ਕਵਿਤਾ கரੈਕਟ ਆਪਸ਼ਨ ਚੂਜ਼ ਕਰੋ ਦਾਦੀ ਜੀ ਨੂੰ ਸਮਰਪਿਤ ਪੁਸਤਕ ਅਰਸ਼ੀ ਜੀ ਡੀ ਹੈਪੀ ਅਰਪ੍ਰੀ ਜੀ ਬੀ ਸੁਤਿੰਦਰ ਜੀ ਡੀ ਰਮਨ ਜੀ ਰਪਿੰਦਰ ਜੀ नीलम जी डी ऑप्शन अमृत जी ਦਾ ਸੀ ਆ ਰਿਹਾ ਰਵਿੰਦਰ ਜੀ ਵੀ ਆਪਸ਼ਨ ਹਰਿੰਦਰ ਜੀ ਕਮਬੋਜ ਜੀ ਡੀ ਆਪਸ਼ਨ ਬੋਲ ਜਾ ਰਹੇ ਨੇ ਚਲੋ ਜੀ ਠੀਕ ਹੈ ਜਿਹੜੇ ਵੀ ਆਨਸਰ ਕਰ ਰਹੇ ਨੇ ਡੀ ਜ਼ਿੰਦਗੀ ਦੀ ਕਵਿਤਾ ਦਾਦੀ ਜੀ ਨੂੰ ਸਮਰਪਿਤ ਪੁਸਤਕ ਹੈ ਇਹ ਕੁਐਸਚਨ ਨੰਬਰ 19 ਬੇਟੀ ਉਮਾ ਨੂੰ ਸਮਰਪਿਤ ਪੁਸਤਕ ਕਿਹੜੀ ਹੈ ਹਾਂ ਜੀ ਪਿਛਲੇ ਰਿਸ਼ਲਾ ਕੁਸਚਨਾ ਉਹਦੇ ਪ੍ਰਕਾਸ਼ਨ ਸਾਲ 1961 ਹੈ ਜੀ ਨੋਟ ਕਰਨਾ ਤਾਂ ਕਰ ਲੈਣਾ ਜੀ ਕਾਦੀ ਕਾਦੀ ਇਅਰ ਵੀ ਪੁੱਛ ਲਏ ਜਾਂਦੇ ਨੇ ਜੇਕਰ ਟਫ ਬਣਾਉਣਾ ਪੇਪਰ ਨੂੰ ਤਾਂ ਇਅਰ ਜ਼ਰੂਰ ਪਿੱਛੇ ਜਾਣਗੇ ਮੈਂ ਦੇਖਦੇ ਹਾਂ ਕੀ ਬਣਦਾ ਬੇਟੀ ਉਮਰ ਨੂੰ ਸਮਰਪਿਤ ਪੁਸਤਕ ਕਿਹੜੀ ਹੈ ਸਾਵੀ ਪਦਰੀ ਜ਼ਿੰਦਗੀ ਪ੍ਰਸੰਨ ਲੰਮੀ ਉਮਰ ਇੱਕ ਦੁਨੀਆ ਦੇ 13 ਸੁਪਨੇ ਗੁਰਵਿੰਦਰ ਜੀ ਏ ਆਪਸ਼ਨ ਗੁਰਪ੍ਰੀਤ ਜੀ ਪਬਜੀ ਸੀ ਆਪਸ਼ਨ ਬਾਜ ਜੀ ਏ ਆਪਸ਼ਨ ਰਿਤੂ ਜੀ ਦਾ ਵੀ ਸਕਵੀਰ ਜੀ ਦਾ ਸੀ ਨਰਿੰਦਰ ਜੀ ਸੀ ਸੀ ਕਾਫੀ ਅਨਸਰ ਆ ਰਹੇ ਆ ਏ ਆਪਸ਼ਨ ਸੰਧਰਾ ਜੀ ਤੇ ਸਕਵੀਰ ਜੀ ਠੀਕ ਹੈ ਜੀ ਏ ਆਪਸ਼ਨ ਜਿਹੜੇ ਵੀ ਅਨਸਰ ਕਰ ਰਹੇ ਨੇ ਸਾਰੇ ਪਧਰੀ ਜ਼ਿੰਦਗੀ 19 ਨੰਬਰ ਦੇ ਲਈ ਇਹ கரੈਕਟ ਹੋਵੇਗਾ ਕੁਐਸਚਨ ਨੰਬਰ 20 ਦੇ ਵੱਲ ਵੱਧਦੇ ਆ ਜੀ ਇਹ ਵੀ 1943 ਚ ਪ੍ਰਕਾਸ਼ਿਤ ਕੁਐਸਚਨ ਨੰਬਰ 20 ਹੈ ਜੀ ਪ੍ਰੀਤ ਲੜੀ ਨੇ ਆਪਣੀ ਵਿਚਾਰਧਾਰਾ ਨੂੰ ਕਿਹੜੀ ਪੁਸਤਕ ਦੇ ਰਈ ਪੇਸ਼ ਕੀਤਾ A ਆਪਸ਼ਨ ਇੱਕ ਦੁਨੀਆ ਦੇ 13 ਸੁਪਨੇ B ਆਪਸ਼ਨ ਸਾਵੀ ਪੱਧਰੀ ਜ਼ਿੰਦਗੀ C ਆਪਸ਼ਨ ਮੇਰੇ ਚਰੋਖੇ ਚੋਂ ਤੇ D ਆਪਸ਼ਨ ਜ਼ਿੰਦਗੀ ਦੀ ਕਵਿਤਾ 19 ਦੇ ਲਈ A ਆਪਸ਼ਨ ਜਿਨ੍ਹਾਂ ਨੇ ਵੀ ਚੁਸ ਕੀਤਾ ਸਭ ਦਾ ਠੀਕ ਹੈ ਜੀ C ਆਪਸ਼ਨ ਆਨਸਰ ਆ ਰਿਹਾ ਕੁਐਸਚਨ ਨੰਬਰ 20 ਦੇ ਲਈ ਅਤਾਣੀ ਕੀ ਗੱਲ ਜੀ ਮੈਂ ਜਿਹੜੀ ਗੱਲ ਸੋਚੀ ਹੋਈ ਹੋ ਰਹੀ ਹੈ ਸੀ ਆਪਸ਼ਨ ਕਨਫਿਊਜ਼ਨ ਦੇ ਲਈ ਰੱਖਿਆ ਗਿਆ ਆਨਸਰ ਹੈ ਬਾਕੀ ਇਸ ਨੂੰ ਇਸ ਰਚਨਾ ਨੂੰ ਮੈਂ ਪੜਿਆ ਨਹੀਂ ਹੈ ਹੋ ਸਕਦਾ ਕਿ ਉਹਦੇ ਚੋਂ ਵੀ ਕੁਝ ਵਿਚਾਰ ਤਾਰਾ ਉਹਨਾਂ ਦੀ ਪੇਸ਼ ਹੁੰਦੀ ਹੋਵੇ ਬਟ ਏ ਆਪਸ਼ਨ ਇਹਦਾ கரੈਕਟ ਹੈ ਜੀ ਇੱਕ ਦੁਨੀਆ ਦੇ 13 ਸੁਪਨੇ ਇਹਦੇ ਵਿੱਚ ਵਿਚਾਰ ਤਾਰਾ ਪੇਸ਼ ਕੀਤੀ ਹੈ ਜੀ ਇਸ ਤੋਂ ਇਲਾਵਾ ਜੇਕਰ ਕਿਸੇ ਨੇ ਮੇਰੇ ਚ ਰੋਖੇ ਚ ਪੜ੍ਹੀ ਹੈ ਤਾਂ ਜਰੂਰ ਸਾਂਝਾ ਕਰੋ ਜੀ ਕਿ ਇਹਦੇ ਵਿੱਚ ਵੀ ਕਿਸ ਤਰ੍ਹਾਂ ਦੀ ਕੋਈ ਗੱਲ ਹੈ ਯਾਨੀ ਕਿ ਵਿਚਾਰਧਾਰਾ ਨੂੰ ਪੇਸ਼ ਕੀਤਾ ਗਿਆ ਹੈ ਹੋ ਸਕਦਾ ਹੈ ਜਿੱਦਾਂ ਟਾਈਟਲ ਹੈ ਉਦੋਂ ਉਹੀ ਕਨਫਿਊਜ਼ਨ ਪੈਦਾ ਕਰ ਰਿਹਾ ਹੈ ਇਸ ਲਈ ਮੈਂ ਤੁਹਾਨੂੰ ਸਭ ਨੂੰ ਕਹਿ ਰਿਹਾ ਜੇਕਰ ਕਿਸੇ ਨੇ ਪੜੀ ਹੈ ਤਾਂ ਜਰੂਰ ਵਿਚਾਰ ਸਾਂਝੇ ਕਰਨ ਆਪਣੇ ਇਨਫੋਰਮੇਸ਼ਨ ਤਾਂ ਕਿ ਸਭ ਨੂੰ ਕੁਝ ਨਵਾਂ ਸਿੱਖਣ ਨੂੰ ਮਿਲ ਸਕੇ ਕੁਐਸਚਨ ਨੰਬਰ 21 ਹੈ ਜੀ ਮੇਰੀਆਂ ਪੁੱਲ ਯਾਦਾਂ ਦੀ ਵਿਦਾ ਕੀ ਹੈ ਜੀ ओके ਮੇਰੀਆਂ ਆਪੁੱਲ ਯਾਦਾਂ ਦੀ ਵਿਦਾ ਦਸਣੀ ਹੈ ਜੀ ਕੀ ਹੈ ਜੀ ਜੀਵਨੀ ਸਵੈਜੀਵਨੀ ਸੰਸਮਰਣ ਇਹਨਾਂ ਵਿੱਚੋਂ ਕੋਈ ਵੀ ਨਹੀਂ ਬੀ ਆਨਸਰ ਆ ਰਿਹਾ ਹੈ ਪੀ ਜੀ ਸੀ ਮਨਜੀਤ ਜੀ ਗੁਰਵਿੰਦਰ ਜੀ ਹਰਵਿੰਦਰ ਜੀ ਚਰਨਜੀਤ ਸੁਖਜੀਤ ਤੇ ਬਲਵਿੰਦਰ ਜੀ ਕੰਬੋਤ ਜੀ ਅਰਸੀ ਜੀ ਸੰਦਰਾਂਜੇ ਹਰਜਿੰਦਰ ਜੀ ਸਭ ਦਾ ਸੀ ਅਨਸਰ ਸੰਸਮਰਣਾ ਬਿਲਕੁਲ கரੈਕਟ ਹੈ ਜੀ ਕੁਐਸਚਨ ਨੰਬਰ 22 ਦੇ ਵੱਲ ਵੱਧਦੇ ਹਾਂ ਜੀ ਕੁਐਸਚਨ ਨੰਬਰ 22 ਹੈ ਜੀ ਆਪਣੇ ਕੋਲ ਕਿਸ ਰੂਸੀ ਲਿਖਾਰੀ ਨੇ ਪ੍ਰੀਤਲੜੀ ਕਿਸ ਰੂਸੀ ਲਿਖਾਰੀ ਨੇ ਪ੍ਰੀਤਲੜੀ ਦੇ ਨਾਮ ਉੱਲ ਮਾਂ ਦਾ ਅਨੁਵਾਦ ਕੀਤਾ ਹਾਂਜੀ ਸੰਸਮਰਣ ਦੀ ਸ਼ੁਰੂਆਤ ਇਸ ਤੋਂ ਹੀ ਹੋਈ ਹੈ ਵੈਰੀ ਗੁੱਡ ਜੀ ਸੁਖਵੀਰ ਜੀ ਰਸਲ ਗੋਰਕੀ ਟੋਲਸਟਾਈ ਸੀ ਗੋਰਕੀ ਸੀ ਤਾਂ ਟੋਲਸਟਾਈ ਦਿੱਤਾ ਹੋਇਆ ਜੀ ਇਹਨਾਂ ਵਿੱਚੋਂ ਕੋਈ ਵੀ ਨਹੀਂ ਕਰੈਕਟ ਆਨਸਰ ਚੂਜ਼ ਕਰੋ ਜੀ ਊੜਾ ਐੜਾ ਬੀ ਆਪਸ਼ਨ ਬੀ ਆਪਸ਼ਨ ਹਰ ਪ੍ਰਿਜ ਪ੍ਰੀ ਜੀ ਅਰਵਿੰਦਰ ਜੀ ਪੁਸ਼ਪਾ ਜੀ ਨੇਰੀ ਮੀਲੂ ਜੀ ਜਸਪ੍ਰੀਤ ਜੀ 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 ਠੀਕ ਹੈ ਜੀ ਜਿਹੜੇ ਵੀ ਅਨਸਰ ਕਰ ਰਹੇ ਨੇ ਬੀ ਆਪਸ਼ਨ ਗੋਰਕੀ ਹਾਂਜੀ ਮੈਕਸਿਮ ਗੋਰਕੀ ਬਿਲਕੁਲ கரੈਕਟ ਅਨਸਰ ਹੈ ਜੀ ਕੁਐਸਚਨ ਨੰਬਰ 22 ਦੇ ਲਈ ਕੁਐਸਚਨ ਨੰਬਰ 23 ਦੇ ਵੱਲ ਵਧਦੇ ਹਾਂ ਜੀ 23 ਨੰਬਰ ਹੈ ਜੀ ਪੰਜਾਬੀ ਸਾਹਿਤ ਵਿੱਚ ਸੰਸਮਰਨ ਦਾ ਆਰੰਭ ਪ੍ਰੀਤ ਲੜੀ ਨੇ ਕਿਹੜੀ ਰਚਨਾ ਤੋਂ ਪ੍ਰੀਤ ਲੜੀ ਦੀ ਕਿਹੜੀ ਰਚਨਾ ਤੋਂ ਹੋਇਆ ਮੇਰੀਆਂ ਪੁੱਲੀਆਂ ਯਾਦਾਂ ਮੰਜ਼ਲ ਦਿਸ ਪਈ ਮੇਰੀ ਜੀਵਨ ਕਹਾਣੀ ਚਿੱਠੀਆਂ ਜੀਤਾਂ ਦੇ ਨਾਂ ऑलरेडी आंसर आ चुका है जस्ट थोड़ी देर ही पहला, इस करके गलत किसी का नहीं होगा देखते हैं कौन गलत करता जी दलजीत दिलीप जी ने कर दिता जी बी ऑप्शन जो कि गलत है बाकी सब का लगभग ए ऑप्शन आया सब का जो कि बिल्कुल सही आंसर है हमने जस्ट थोड़ी देर पहला ही सुखबीर जी ने दसिया जी क्वेश्चन नंबर चौबीय वाल वह जी क्वेश्चन नंबर चौबी है जी अपने प्रीत नगर कदों तबाह होया ਮਤਲਬ ਕਿ ਖਤਮ ਹੋ ਗਿਆ ਸੀ ਪ੍ਰੀਤਨਗਰ ਉਸ ਤੋਂ ਬਾਅਦ ਦੁਬਾਰਾ ਬਸਾਇਆ ਗਿਆ ਪਹਿਲੀ ਵਾਰ ਕਦੋਂ ਖਤਮ ਹੋਇਆ ਜੀ ਸ਼ੈਲੀ ਜੀ ਗੁੱਡ ਈਵਨਿੰਗ ਜੀ ਸੁਰਜੀਤ ਜੀ ਏ ਆਪਸ਼ਨ ਸੰਦਰਨ ਜੀ ਏ ਆਪਸ਼ਨ ਬੀ ਆਪਸ਼ਨ ਹਰਜਿੰਦਰ ਜੀ ਅੱਛਾ ਪਿਛਲੇ ਲਈ ਠੀਕ ਹੈ ਜੀ ਤੇ ਇਹਦੇ ਲਈ ਏ 24 ਲੇ ਹਰਜਿੰਦਰ ਜੀ ਨਰਿੰਦਰ ਜੀ ਬੀ ਆਪਸ਼ਨ ਚਰਨ ਜੀ ਬੀ ਆਪਸ਼ਨ ਸ਼ੈਲੀ ਜੀ ਬੀ ਹਰਿੰਦਰ ਜੀ ਦੀਪ ਜੀ ਓਕੇ ਜੀ ਲਗਭਗ ਸਭ ਦਾ ਬੀ ਆਪਸ਼ਨ ਹੀ ਆਨਸਰ ਆ ਰਿਹਾ ਪੁਸ਼ਪਾ ਜੀ ਦਾ ਏ ਆ ਰਿਹਾ 1945 ਬਾਕੀ ਸਭ ਦਾ 1947 1947 ਬਿਲਕੁਲ கரੈਕਟ ਆਨਸਰ ਹੈ ਜੀ ਦੁਬਾਰਾ ਵਸਾਇਆ ਗਿਆ ਹਾਂਜੀ ਦੁਬਾਰਾ ਵਸਾਇਆ ਗਿਆ 1950 ਦੇ ਵਿੱਚ ਇਹ ਵੀ ਪਹਿਲਾ ਆਨਸਰ ਆ ਚੁੱਕਾ ਹੈ ਜੀ ਕੁਐਸਚਨ ਨੰਬਰ 25 ਪ੍ਰੀਤ ਲੜੀ ਦੀ ਔਰਤਾਂ ਨੂੰ ਸਮਰਪਿਤ ਪੁਸਤਕ ਕਿਹੜੀ ਹੈ ਪ੍ਰੀਤ ਮਾਰਗ ਪਰਸਨ ਲੰਮੀ ਉਮਰ ਫੈਸਲੇ ਦੀ ਖੜੀ ਖੁੱਲਾ ਦਰ ਔਰਤਾਂ ਨੂੰ ਸਮਰਪਿਤ ਰਚਨਾ ਕਿਹੜੀ ਹੈ ਜੀ ਦੱਸੋ ਜੀ ਜੋ ਵੀ ਦਾ ਬੀ ਆ ਰਿਹਾ ਅਨਸਰ ਰਮਨ ਜੀ ਦਾ ਸਰਜੀਤ ਜੀ ਬੀ ਆਪਸ਼ਨ ਰਾਜ ਜੀ ਸੀ ਆਪਸ਼ਨ ਸੰਦੀਪ ਜੀ ਦਾ ਬੀ ਸੁਖਵੀਰ ਜੀ ਦਾ ਡੀ ਆਨਸਰ ਆ ਰਿਹਾ ਜੀ ਦਲੀਪ ਜੀ ਏ ਅਮਰਿਤ ਜੀ ਬੀ ਨਿੱਲੂ ਜੀ ਸੀ ਸ਼ੈਲੀ ਜੀ ਬੀ ਗੁਰਵਿੰਦਰ ਜੀ ਗਰਪ੍ਰੀਤ ਜੀ ਸਭ ਦਾ ਬੀ ਆਪਸ਼ਨ ਹੈਪੀ ਜੀ ਦਾ ਬੀ ਆਪਸ਼ਨ ਖੁੱਲਾ ਦਰ ਡੀ ਆਪਸ਼ਨ ਬਿਲਕੁਲ ਜੀ ਨਰਿੰਦਰ ਜੀ ਠੀਕ ਹੈ ਜੀ ਹਾਂਜੀ ਖੁੱਲਾ ਦਾਰ ਆਨਸਰ ਆਵੇਗਾ ਡੀ ਆਪਸ਼ਨ ਪ੍ਰੀਤ ਲੜੀ ਦੀਆਂ ਅਰਥਾਂ ਨੂੰ ਸਮਰਪਿਤ ਪੁਸਤਕ ਕੁਐਸਚਨ ਨੰਬਰ 26 ਦੇ ਵਾਲਾ ਵੱਧਿਆ ਜੀ ਪ੍ਰੀਤ ਲੜੀ ਨੇ ਆਪਣੇ ਆਲੋਚਕਾਂ ਲਈ ਕਿਹੜੀ ਪੁਸਤਕ ਲਿਖੀ ਸਵੈਪੂਰਨਤਾ ਦੀ ਲਗਨ ਫੈਸਲੇ ਦੀ ਕੜੀ ਇੱਕ ਦੁਨੀਆ ਦੇ 13 ਸੁਪਨੇ ਪਰਮ ਮਨੋੱਖ ਹਾਂ ਦੀ ਕੁੱਲਾਦਰ ਪ੍ਰਕਾਸ਼ਿਤ 1947 ਦੇ ਵਿੱਚ ਇੱਕੀ ਲੇਖ ਲੱਭ ਕੋ ਦੇ ਚਾ ਲੋਚਕਾਂ ਦੇ ਲਈ ਕਿਹੜੀ ਪੁਸਤਕ ਲਿਖੀ ਗਈ ਹੈ ਸਵੈ ਭੂਰਨਤਾ ਦੀ ਲਗਨ ਫੈਸਲੇ ਦੀ ਖੜੀ ਇੱਕ ਦੁਨੀਆ ਦੇ 13 ਸੁਪਨੇ ਪਰਮ ਮਨੋੱਖ ਇਹ ਆਨਸਰ ਆ ਰਿਹਾ ਜੀ ਕਾਫੀ ਜ਼ਿਆਦਾ ਡੀ ਜਸਪ੍ਰੀਤ ਜੀ ਬੀ ਆਪਸ਼ਨ ਜਸਵੀਰ ਜੀ ਸੁਖ ਵੀਰ ਜੀ ਸੀ ਆਪਸ਼ਨ ਕਮਬੋਜੀ ਧੀ ਆਪਸ਼ਨ ਦੀਪ ਜੀ ਏ ਰਾਜੀ ਚਰਨ ਜੀ ਏ ਆਪਸ਼ਨ ਸੁਖਵੀਰ ਜੀ ਵੈਰੀ ਗੁੱਡ ਜੀ ਹਾਂਜੀ ਵੈਰੀ ਗੁੱਡ ਜੀ ਸੀ ਆਪਸ਼ਨ ਹੀ ਕਰੈਕਟ ਆਵੇਗਾ ਇੱਕ ਦੁਨੀਆ ਦੇ 13 ਸੁਪਨੇ ਸੁਖਵੀਰ ਜੀ ਦਾ ਇੱਕ ਵੱਖਰਾ ਆਨਸਰ ਆਇਆ ਲੱਗਦਾ ਬਾਕੀ ਏ ਵੀ ਤੇ ਡੀ ਆਨਸਰ ਮੋਸਟਲੀ ਏ ਸਭ ਤੋਂ ਜ਼ਿਆਦਾ ਆਨਸਰ ਹੈ ਤੇ ਬੀ ਆਨਸਰ ਸੀ ਕਰੈਕਟ ਹੈ ਜੀ ਕੁਐਸਚਨ ਨੰਬਰ ਸਤੈ 1947 ਦੇ ਵਿੱਚ ਪ੍ਰਕਾਸ਼ਿਤ ਹੋਇਆ ਇਹ ਨਵਾਂ ਸ਼ਿਵਾਲਾ ਦਾ ਪ੍ਰਕਾਸ਼ਨ ਸਾਲ ਦੱਸੋ ਜੀ 1943 1945 1947 1949 ਨਵਾਂ ਸ਼ਿਵਾਲਾ ਦਾ ਪ੍ਰਕਾਸ਼ਨ ਈਅਰ ਦੱਸੋ ਜੀ 1943 1945 1947 1949 ਸਹੀ ਆਪਸ਼ਨ ਚੁਣੋ ਜੀ ਡੀ ਆਪਸ਼ਨ ਆ ਰਿਹਾ ਜੀ ਰਿਤੂ ਜੀ ਦਾ ਇਹ ਅਮ੍ਰਿਤ ਜੀ ਦਾ ਇਹ ਸਕਬੀਰ ਜੀ ਦਾ ਸੀ ਆਪਸ਼ਨ ਦੀਪ ਜੀ ਨੀਲੂ ਜੀ ਸੀ ਆਪਸ਼ਨ ਕੰਬੋਜ ਜੀ ਡੀ ਆਪਸ਼ਨ ਚਰਨ ਜੀ ਏ ਸੁੰਦਰਾ ਜੀ ਏ ਰਮਨ ਜੀ ਦਾ ਸੀ ਆਪਸ਼ਨ ਨਵਾਂ ਸ਼ਿਵਾਲਾ ਸੀ ਆਪਸ਼ਨ 1947 ਜੀ ਬਿਲਕੁਲ ਸਹੀ ਹੈ ਜੀ 1947 ਨਵਾਂ ਸ਼ਿਵਾਲਾ ਸ਼ਿਵਾਲਾ 47 ਐਦਾਂ ਯਾਦ ਰੱਖ ਲਓ ਜੀ ਕੁਐਸਚਨ ਨੰਬਰ 28 ਇਹਦੇ ਚ ਲਗਭਗ ਇੱਕੀ ਲੇਖ ਨੇ 28 ਨੰਬਰ ਕੁਐਸਚਨ ਹੈ ਜੀ ਕਿਸ ਪੁਸਤਕ ਵਿੱਚ ਲੇਖਕ ਨੇ ਮੰਦਰ ਬਣਵਾਉਣ ਦਾ ਜ਼ਿਕਰ ਕੀਤਾ ਹੈ ए ਆਪਸ਼ਨ ਨਵਾ ਸ਼ਿਵਾਲਾ ਬੀ ਆਪਸ਼ਨ ਫੈਸਲੇ ਦੀ ਖੜੀ ਸੀ ਆਪਸ਼ਨ ਦੁਨੀਆ ਦੇ 13 ਸੁਪਨੇ ਤੇ ਡੀ ਆਪਸ਼ਨ ਪਰਮ ਮਨੁੱਖ கரੈਕਟ ਆਪਸ਼ਨ ਚੂਜ਼ ਕਰੋ ਜੀ ਕੁਐਸਚਨ ਨੰਬਰ 28 ਦੇ ਲਈ ਬਲਵਿੰਦਰ ਜੀ ਰੀਤੂ ਜੀ ਪ੍ਰੋਪ ਜੀ ਸੁਖਵੀਰ ਜੀ ਦੀਪ ਜੀ ਤੇ ਚਰਨਜੀਤ ਜੀ ਸਬਦਾ ਇਹ ਅਨਸਰ ਆ ਰਿਹਾ ਜੀ ਸੁਖਵੀਰ ਜੀ ਵੈਰੀ ਗੁੱਡ ਜੀ ਤੁਹਾਡੇ ਲਗਾਤਾਰ ਲਗਭਗ ਸਾਰੇ ਹੀ ਸਹੀ ਗਏ ਨੇ ਜਿੱਦੋਂ ਕਾਫੀ ਅਨਾਂ ਦੇ ਗਲਤ ਜਾ ਰਹੇ ਸੀ ਬਟ ਹੁਣ ਇਹ ਵਾਲਾ ਕੁਐਸਚਨ ਲਗਭਗ ਮੰਤਰ ਪਰਮਾਉਂਦਾ ਜੇਕਰ ਸਬਦਾ ਇਹ ਅਨਸਰ ਆ ਰਿਹਾ ਜੀ ਤੇ ਸਬਦਾ ਲਗਭਗ ਠੀਕ ਹੈ ਜੀ ਨਵਾ ਸ਼ਿਵਾਲਾ ਕਵੈਸਚਨ ਨੰਬਰ 29 ਦੇ ਵੱਲ ਵੱਧ ਜੀ ਸੰਤਾਲੀ ਜੀ ਪ੍ਰਕਾਸ਼ਨ ਆਲਰੇਡੀ ਆਨਸਰ ਕਵੈਸਚਨ ਹੋ ਚੁੱਕਾ ਹੈ ਪ੍ਰੀਤ ਲੜੀ ਨੂੰ ਨਿਬੰਧਕਾਰ ਦੇਸ਼ ਕਿਸ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ ਬਿਲਕੁਲ ਈਜ਼ੀ ਕਵੈਸਚਨ ਹੈ ਯਥਾਰਤਵਾਦੀ ਰੋਮਾਂਟਿਕ ਝਜਾਰਵਾਦੀ ਇਹਨਾਂ ਵਿੱਚੋਂ ਕੋਈ ਵੀ ਨਹੀਂ ਚੁਣੋ ਜੀ ਸਹੀ ਆਪਸ਼ਨ ਕਿਸੇ ਸ਼੍ਰੇਣੀ ਦੇ ਵਿੱਚ ਰੱਖਿਆ ਜਾਂਦਾ ਹੈ ਪ੍ਰੀਤ ਲੜੀ ਨੂੰ 29 ਦਾ ਬੀ ਆਨਸਰ ਨਰਿੰਦਰ ਜੀ ਗੁਲਬਿੰਦਰ ਜੀ ਦਾ A ਆ ਰਿਹਾ ਰਾਜ ਜੀ B ਪ੍ਰਮ ਜੀ B ਗੁਰਿੰਦਰ ਜੀ A ਨੀਲੂ ਜੀ ਰੀਤੂ ਜੀ ਗੁਰਿੰਦਰ ਜੀ B ਆਪਸ਼ਨ ਸਿਮਰ ਜੀ ਸੁੰਦਰ ਜੀ ਬਿਲਕੁਲ ਜੀ ਰੋਮਾਂਟਿਕ ਪ੍ਰੇਮ ਦੇ ਨਾਲ ਸੰਬੰਧਿਤ ਮੋਸਟਲੀ ਰਚਨਾਵਾਂ ਨੇ ਇਹਨਾਂ ਦੀਆਂ ਸੋ ਆਨਸਰ B ਬਿਲਕੁਲ ਕਰੈਕਟ ਹੁੰਦਾ ਹੈ ਜੀ ਕੁਐਸਚਨ ਨੰਬਰ 30 ਦੇ ਵੱਲ ਵੱਧ ਤੀਆਂ ਜੀ ਕੋਈ ਆਪਸ਼ਨ ਨਹੀਂ ਆਇਦਾਂ ਆਖਰੀ ਕੁਐਸਚਨ ਹੈ यदि आंसर तीस आप करना है जी और सत्रह हैं जो प्रीत रसाले के टाइटल सफ़े पर छपिया हैं छपद सन दसो छपद हाँ जी रोमांटिक आदर्शवादी यथार्थवादी भी है कि ना कि ठीक है जी बट रोमांटिक सब तो करैक्ट ऑप्शन जी पर धोनी प्यार संकल्प ਜੇਕਰ ਯਾਦ ਹੈ ਕਿਸੇ ਨੂੰ ਤਾਂ ਕਰ ਦਿਓ ਜੀ ਆਨਸਰ ਕਿਸੇ ਪ੍ਰੀਤ ਗੀਤ ਦੇ ਲਈ ਵਰਗਾ ਬਿਲਕੁਲ ਇਹ ਗੁਰਮੇਰ ਜੀ ਨੇੜੇ ਹੋ ਇਟ ਮੀਨਸ ਕੀ ਪੜਿਆ ਤੁਸੀਂ ਕਿਤੇ ਨਾ ਕਿਤੇ ਹਾਂਜੀ ਜੇਕਰ ਕਿਸੇ ਕੋਲ ਹੈ ਆਨਸਰ ਤਾਂ ਠੀਕ ਹੈ ਅਦਰਵਾਈਜ਼ ਮੈਂ ਸ਼ੋਅ ਕਰ ਰਿਹਾ ਠੀਕ ਹੈ ਜੀ 17 ਨੇ ਲੰਮੀਆਂ ਥੋੜਾ ਜਿਹਾ ਯਾਦ ਰੱਖਣਾ ਮੁਸ਼ਕਿਲ ਹੈ ਬਾਕੀ ਟਾਈਪ ਕਰਨਾ ਉਸ ਤੋਂ ਜ਼ਿਆਦਾ ਮੁਸ਼ਕਿਲ ਹੈ होना लाइव क्लास कलास चलो कोई गल नहीं जी सो so, स्क्रीन पर शो कर रहा मैं नोट कर लो प्यार कब्जा नहीं बैचाने किसी जीत की तड़कन किसी दिल साझे की तड़कन किस प्रीत गीत की लैर जी ठीक है जी वैरी गुड जी रजिंद्र जी बहुत वाइया जी वैरी गुड जी किसी दिल सजे की धड़कन ठीक है जी तो किसी प्रीत गीत की लैर ਹੋਰ ਵੀ ਹੈ ਜੀ ਓਕੇ ਜੀ ਓਕੇ ਠੀਕ ਹੈ ਜੀ ਅੱਜ ਦੀ ਕਲਾਸ ਦੇ ਵਿੱਚ ਇੰਨੇ ਹੀ ਕੁਐਸਚਨ ਸੀ ਬਾਕੀ ਮਿਲਦੇ ਹਾਂ ਕੱਲ ਨੂੰ ਤਦ ਤੱਕ ਲਈ ਬਾਏ ਬਾਏ ਐਂਡ ਟੇਕ ਕੇਅਰ ਜੀ ਤੇ ਕੱਲ ਨੂੰ ਆਪਾਂ ਕਰਦੇ ਹਾਂ ਜੀ ਬਲਬੀਰ ਸਿੰਘ ਜੀ ਦੋ ਹੋਰ ਹੈ ਜੀ ਜੇਕਰ ਕਿਸੇ ਨੂੰ ਪਤਾ ਹੈ ਤਾਂ ਦੱਸਣ ਜ਼ਰੂਰ ਜੀ ਠੀਕ ਹੈ ਜੀ ਕਮੈਂਟ ਜ਼ਰੂਰ ਕਰ ਦੇਣਾ ਜੇਕਰ ਦੋ ਹੋਰ ਵੀ ਕਿਸੇ ਨੂੰ ਪਤਾ ਹੋਣ ਤਾਂ ਨਾਵਲ ਕਰਵਾ ਦੋ ਜੀ ਨਾਵਲਕਾਰ ਹੋ ਗਿਆ ਜੀ ਮੇਰੇ ਕੋਲ ਨੋਟ ਕਰਨਾ ਹਾਂ ਪਲੇਲਿਸਟ ਬਣੀ ਹੋਵੇਗੀ ਠੀਕ ਹੈ ਜੀ ਜੇ ਨਹੀਂ ਹੋਏ ਤਾਂ ਚਲੋ ਕਰਵਾ ਦਵਾਂਗੇ ਬਟ ਟਾਈਮ ਦੀ ਮੈਨੂੰ ਪ੍ਰੋਬਲਮ ਲੱਗ ਰਹੀ ਹੈ ਕਿ ਆਪ ਨੂੰ ਇੰਨਾ ਟਾਈਮ ਨਹੀਂ ਮਿਲਣਾ ਥੈਂਕ ਯੂ ਜੀ ਥੈਂਕ ਯੂ ਸੋ ਮਾਈ ਸਬ ਦਾ ਬਹੁਤ ਬਹੁਤ ਤਨਵਾ ਜੀ ਚਲੋ ਜੀ ਮਿਲਦੇ ਆਂ ਕੱਲ ਨੂੰ ਤੇ ਕੱਲ ਦਾ ਟਾਪਿਕ ਬਲਵੀਰ ਸਿੰਘ ਬਲਵੀਰ ਸਿੰਘ ਕਰਦੇ ਆਂ ਜੀ ਬਾਕੀ ਦੇਖਦੇ ਆਂ ਥੈਂਕ ਯੂ ਜੀ ਵੀਡੀਓ ਲਾਈਕ ਤੇ ਸ਼ੇਅਰ ਜਰੂਰ ਕਰ ਦੇਣਾ ਜਾਂਦੇ ਜਾਂਦੇ ਬਾਏ ਬਾਏ ਐਂਡ ਟੇਕ ਕੇਅਰ ਜੀ